ਹੁਸ਼ਿਆਰਪੁਰ ਦੇ ਪਿੰਡ ਡਿਡਵਾ ਹਰਿਆਣਾ ਵਿਖੇ ਕਿੰਗ ਬਲੱਡ ਡੋਨਰ ਸੇਵਾ ਸੁਸਾਇਟੀ ਵੱਲੋਂ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਆਸ-ਪਾਸ ਦੇ ਡੋਨਰਾਂ ਵੱਲੋਂ ਸੇਵਾ ਨਿਭਾਈ ਗਈ। ਮਨਦੀਪ ਸਿੰਘ ਆਇਆ ਤਾਂ ਹਰਿਆਣਾ ਕੋਰ ਤੋਂ ਕਿੰਨੀ ਵਾਰ ਬਲੱਡ ਦੇਣ ਲੱਗੇ ਜੀ? ਚੌਥੀ ਵਾਰ। ਸਾਰਾ ਪਿੰਡ ਹੋ ਰਿਹਾ ਵਧੀਆ ਜੀ। ਕੀ ਕਹਿਣਾ ਚਾਹੁੰਦੇ ਆ ਤੁਸੀਂ? ਬਸ ਕੋਈ ਨਹੀਂ, ਖੂਨ ਦਾਨ ਕਰਨਾ ਚਾਹੀਦਾ ਸਾਰਿਆਂ ਨੂੰ। मेरा नाम राहुल है जी, तो असी हुशियारपुर के यूथ सर्विसिज क्लब तो आए हुए हैं। सानू इत्थे वैसे भी जिले के हुशियारपुर काफ़ी इदा के लोग भलाई के काम कर करते रहने, काफ़ी इदा के असी जोड़े हैगी जो भी फंक्शन होंगे या कोई ब्लड डोनेशन या कोई होर भी यूथ सर्विसिज रिलेटिड कोई भी प्रोग्राम होंगे असं करते रहने। अच्छ सूँ इतने मनप्रीत भाजी है जोड़े साढ़े, उन्होंने जोड़ा इन्हों का है किंग्स ब्लड डोनर, इन्होंने इतने बुलाया हुआ सगा, तो असी अपने आप में बहुत ही भागशाली समझते हैं कि असी ये हिस्सा लै रहे हैं और असं इन्हों का बहुत ही धन्यवाद करते हैं कि असी सानू इस चंगे काम के इन्होंने साडा भी हिस्सा पाया। वाहिगुरु जी का खालसा वाहिगुरु जी की फतेह। अज डविडा राणा विखे 17 तरीक का ब्लड कैंप लगा जा रहे हैं जी, सो ये बढ़ चढ़ के सारे हिस्सा पा रहे हैं, अपने हुशियारपुर तो भी अपने भरा जुड़े ने, तो ये असी यही सारे कहना चाहते हैं भी खूनदान करना चाहिए, ये किसी को कोई कमजोरी नहीं आती। तो इस वेले जरा करोना करके जरा लग रहा हॉस्पिटल में इंजैक्शन लग रहे, ब्लड देने में दिक्कत भी आ रही है, सो यही कहें सारे धन्यवाद करते हैं। वाहिगुरू जी का खालसा वाहिगुरू जी की फतेह। पत्रकारों नाल गलबात करदे आं सिविल हॉस्पिटल तो आई टीम डॉक्टर हरजीत सिंह ने कहा कि खून दान करना सब तो वड्डा दान है, यह खून जो सानू दान कर रहे हैं यह हर एक की जिंदगी बचा सकता है। डॉक्टर हरजीत सिंह ने किंग ब्लड डोनर सेवा सोसाइटी के प्रधान मनप्रीत सिंह अते उन्हां दे होर सज्जनां दा दिलों धन्यवाद किया। ਸਿਵਲ ਹੋਸਪਿਟਲ ਦੀ ਟੀਮ ਜਿਹੜੀ ਆ ਹੁਸ਼ਿਆਰਪੁਰ ਦੀ ਆਈ ਆ ਬਲੱਡ ਡੋਨੇਸ਼ਨ ਕੈਂਪ ਲਾਉਣ ਟਵਿੱਡੇ ਹਰਿਆਣੇ। ਜਿਹੜੀ ਕਿੰਗ ਬਲੱਡ ਡੋਨਰ ਸੁਸਾਇਟੀ ਆ ਇਹ ਸਾਨੂੰ ਅੱਜ ਵੀ ਪਹਿਲੀ ਦੀ ਤਰ੍ਹਾਂ ਕਾਫੀ ਬਲੱਡ ਡੋਨੇਸ਼ਨ ਕੈਂਪ ਲਾਉਂਦੀ ਆ ਅਤੇ ਸਾਡਾ ਪੂਰਾ ਸਹਿਯੋਗ ਕਰਦੀ ਆ। ਅੱਜ ਅਸੀਂ ਕੋਵਿਡ ਨਿਯਮਾਂ ਦਾ ਧਿਆਨ ਰੱਖਦੇ ਹੋਏ ਬਲੱਡ ਡੋਨੇਸ਼ਨ ਕੈਂਪ ਲਗਾਇਆ, ਇਹਦੇ ਸਾਨੂੰ ਆਸ ਹੈ ਕਿ ਨੀਅਰ ਅਬਾਊਟ ਸਾਡਾ ਟਾਰਗੇਟ 50 ਯੂਨਿਟ ਦਾ ਆ। ਬਾਕੀ ਅਜੇ ਜੇ ਡੋਨਰ ਆ ਰਹੇ ਨੇ ਅਤੇ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ। ਇਹ ਬਲੱਡ ਜਿਹੜਾ ਆ ਹਰ ਇੱਕ ਨੂੰ ਦਾਨ ਕਰਨਾ ਚਾਹੀਦਾ ਆ, ਅਤੇ 18 ਸਾਲ ਤੋਂ ਲੈ ਕੇ 65 ਸਾਲ ਦਾ ਬੰਦਾ ਕੋਈ ਤੰਦਰੁਸਤ ਵਿਅਕਤੀ ਜਿਹੜਾ ਆ ਉਹ ਬਲੱਡ ਦਾਨ ਕਰ ਸਕਦਾ ਆ। ਜਿਹੜੀ ਧਾਰਨਾ ਹੈ ਗਲਤ ਧਾਰਨਾ ਆ ਕਿ ਬਲੱਡ ਦਾਨ ਕਰਨ ਲੱਗਿਆਂ ਸਾਨੂੰ ਕੋਈ ਕਮਜ਼ੋਰੀ ਮਹਿਸੂਸ ਹੁੰਦੀ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਗਲਤ ਧਾਰਨਾਵਾਂ ਗਲਤ ਮਾਨਤਾਵਾਂ। ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਬਲੱਡ ਇੱਥੋਂ ਇਹਨਾਂ ਕੋਲੋਂ ਲੈ ਕੇ ਅਤੇ ਆਪਣੇ ਬਲੱਡ ਬੈਂਕ ਟੈਸਟਿੰਗ ਵਗੈਰਾ ਕਰਕੇ ਸਟੋਰ ਕਰ ਸਕੀਏ ਤਾਂ ਜੋ ਸਾਡੇ ਕੋਲ ਜਿਹੜੇ ਐਕਸੀਡੈਂਟ ਕੇਸ ਆ, ਡਿਲੀਵਰੀ ਕੇਸ ਆ, ਥੈਲੇਸੀਮੀਆ ਦੇ ਬੱਚੇ ਆ, ਜੇ ਇਹਨਾਂ ਨੂੰ ਬਲੱਡ ਦੇ ਸਕੀਏ, ਕਿਉਂਕਿ ਸਾਡੇ ਕੋਲ ਜੇ ਬਲੱਡ ਹੋਏਗਾ ਤਾਂ ਹੀ ਅਸੀਂ ਉਹਨਾਂ ਨੂੰ ਅੱਗੇ ਇਸ਼ੂ ਕਰ ਸਕਦੇ ਹਾਂ। ਅਤੇ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ, ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਸਮੁੱਚੀ ਟੀਮ ਸਿਵਲ ਹੋਸਪਿਟਲ ਦੀ ਜਿਹੜੀ ਆ ਭਾਜੀ ਮਨਪ੍ਰੀਤ ਕਿੰਗ ਬਲੱਡ ਡੋਨਰ ਸੁਸਾਇਟੀ ਦਾ ਧੰਨਵਾਦ ਕਰਦੇ ਹਾਂ। ਸਰ ਇੱਕ ਬੰਦੇ ਦੇ ਵਿੱਚੋਂ ਕਿੰਨਾ ਬਲੱਡ ਕੱਢਿਆ ਜਾਂਦਾ ਜੀ? ਇਹਦੇ ਇੱਕ ਬੰਦੇ ਵਿੱਚੋਂ ਅਸੀਂ ਜਿਹੜਾ ਆ ਸਾਡੇ ਜਿਹੜੇ ਬੈਗ ਜਿਹੜਾ ਆ ਇੱਕ 350 ML ਦੇ ਬੈਗ ਹੁੰਦੇ, ਇੱਕ 450 ML ਦੇ ਬੈਗ ਹੁੰਦੇ ਆ, ਲੇਕਿਨ ਉਹਦੇ ਵਿੱਚ ਕੋਈ ਸਾਡਾ ਵੀ ਜਿਹੜਾ ਬਲੱਡ ਨੂੰ ਸਟੋਰੇਜ ਕਪੈਸਿਟੀ ਕਰਨ ਵਾਸਤੇ ਉਹਦੀ ਏਜ 35 ਡੇ ਹੁੰਦੀ ਹੈ, ਇੱਕ ਦੀ ਹੈਗੀ ਆ ਉਸ ਹਿਸਾਬ ਨਾਲ ਜਿਹੜਾ ਐਂਟੀ ਕੈਗੂਲੈਂਟ ਉਹਨੂੰ ਕਹਿ ਸਕਦੇ ਹਾਂ ਆਪਾਂ, ਦਵਾਈ ਕੋਈ ਮਿਸ਼ਰਣ ਪਹਿਲਾਂ ਵੀ ਪਾਇਆ ਜਾਂਦਾ ਆ। ਅਤੇ ਇਹ 350 ML ਦਾ ਬੈਗ ਹੀ ਨਹੀਂ, 450 ML ਦਾ ਬੈਗ ਜੇ ਬਲੱਡ ਪੂਰਾ ਨਹੀਂ ਹੁੰਦਾ ਉਹਦੇ ਸਾਡੀ ਮੈਡੀਸਨ ਵੀ ਹੁੰਦੀ ਹੈ ਜੀ। ਸਰ ਜੇ ਦੇਖਿਆ ਜਾਵੇ ਜਿੱਦਾਂ ਪਹਿਲਾਂ ਕਿ ਅਸੀਂ ਗੱਲਬਾਤ ਇੱਥੇ ਲੋਕਾਂ ਕੀਤੀ ਅਤੇ ਕਿਹਾ ਜਿਨ੍ਹਾਂ ਦੇ ਕਰੋਨਾ ਦਾ ਟੀਕਾ ਲੱਗਿਆ ਉਹਨਾਂ ਦਾ ਬਲੱਡ ਨਹੀਂ ਲਿਆ ਜਾਂਦਾ, ਇਹਦਾ ਮਤਲਬ ਸਰ ਕੀ ਰੀਜ਼ਨ ਕਿਉਂ ਨਹੀਂ ਲਿਆ ਜਾਂਦਾ ਸਰ? ਅਸਲ ਵਿੱਚ ਜਿਹੜਾ ਆ ਪਹਿਲਾਂ ਜਿਹੜੀਆਂ ਗਾਈਡਲਾਈਨਸ ਆਈਆਂ ਸੀ ਕਿ 28 ਡੇ ਜਦੋਂ ਇੰਜੈਕਸ਼ਨ ਲੱਗਦਾ ਆ ਅਤੇ ਅਸੀਂ ਉਹਨਾਂ ਦਾ ਨਹੀਂ ਲੈਣਾ ਬਲੱਡ, ਲੇਕਿਨ ਲੇਟੈਸਟ ਹੁਣ ਜਿਹੜੀਆਂ ਆਈਆਂ ਇੰਸਟਰਕਸ਼ਨਾਂ ਗਵਰਨਮੈਂਟ ਦੀਆਂ 14 ਦਿਨਾਂ ਬਾਅਦ ਅਸੀਂ ਬਲੱਡ ਲੈ ਸਕਦੇ ਹਾਂ। ਉਹਦੇ 'ਚ ਇਹਦਾ ਇਹੀ ਰੀਜ਼ਨ ਆ ਜੀ, ਸਪੈਸੀਫਿਕ ਰੀਜ਼ਨ ਇਹੀ ਹੋ ਸਕਦਾ ਉਹਦਾ ਕਿ ਅਸੀਂ ਜਿਹੜੀ ਐਂਟੀਬੋਡੀਜ਼ ਦਿੰਦੇ ਹਾਂ ਉਹਦੇ ਕਰਕੇ ਉਹਦੇ ਬਲੱਡ 'ਚ ਐਂਟੀਬੋਡੀਜ਼ ਹੁੰਦੀਆਂ ਆ, ਡਿਵੈਲਪ ਹੁੰਦੀਆਂ ਆ, ਇਸ ਕਰਕੇ ਅਸੀਂ ਉਹਦਾ ਬਲੱਡ ਨਹੀਂ ਲੈ। ਪਰ ਸਰਕਾਰ ਨੇ ਤਾਂ ਇਹ ਕਿਹਾ ਕਰੋਨਾ ਟੀਕਾ ਜਿਹੜਾ ਜ਼ਰੂਰੀ ਹੋ ਗਿਆ ਹਰ ਇੱਕ ਵਿਅਕਤੀ ਨੂੰ ਜੀ?
ਹੁਸ਼ਿਆਰਪੁਰ ਤੋਂ ਗੁਲਜ਼ਾਰ ਹੁਕੜਾ ਦੀ ਰਿਪੋਰਟ, ਲਾਈਵ ਇੰਡੀਆ ਨਿਊਜ਼ 24।